ਕਿ ਇਕੱਲਾ ਮੈਂਗੋ ਸ਼ੇਕ ਨਹੀਂ, ਬਨਾਨਾ ਸ਼ੇਕ, ਕੋਈ ਵੀ ਫਰੂਟ ਜਦ ਤੁਸੀਂ ਸ਼ੇਕ ਦੇ ਰੂਪ 'ਚ ਲੈਂਦੇ ਹੋ ਉਹ ਡੈਫੀਨੇਟਲੀ ਨੁਕਸਾਨਦਾਇਕ ਹੈ। ਦੁੱਧ ਅਤੇ ਕੋਈ ਵੀ ਫਰੂਟ ਦਾ ਜਿਹੜਾ ਮਿਸ਼ਰਣ ਹੈ ਉਹ ਆਯੁਰਵੇਦ ਅਨੁਸਾਰ ਟੋਟਲੀ ਰੋਂਗ ਹੈ। ਜਦ ਤੁਹਾਨੂੰ ਤੁਸੀਂ ਕੋਈ ਸ਼ੇਕ ਲੈਂਦੇ ਹੋ ਤਾਂ ਮਿਕਸੀ 'ਚ ਘੁਮਾ ਕੇ ਲੈਂਦੇ ਹੋ, ਜਿਹਦੇ ਵਿੱਚ ਬਬਲਸ ਆ ਜਾਂਦੇ ਆ, ਉਹਨੂੰ ਅਸੀਂ ਵਾਯੂ ਕਹਿੰਦੇ ਹਾਂ। ਬੜੇ ਲੋਕਾਂ ਨੂੰ ਕੰਪਲੇਂਟ ਹੁੰਦੀ ਹੈ, ਈਵਨ ਕਿ ਮੇਰੇ ਕੋਲ ਹੁਣ ਗਰਮੀਆਂ 'ਚ ਲੋਕਾਂ ਨੂੰ ਜੋੜਾਂ ਦੇ ਦਰਦ ਜਿਨ੍ਹਾਂ ਨੂੰ ਹੁੰਦੇ ਹੈ, ਉਹ ਅਸੀਂ ਜਦ ਹਿਸਟਰੀ ਲੈਂਦੇ ਹਾਂ ਤਾਂ ਰਾਤ ਨੂੰ ਦੁੱਧ ਪੀਂਦੇ ਹਾਂ ਜਾਂ ਠੰਡਾ ਦੁੱਧ ਸਪੈਸ਼ਲ ਜਿਹੜੇ ਲੋਕ ਪੀਂਦੇ ਹੈ, ਗਰਮ ਦੁੱਧ 'ਚ ਇੰਨੀ ਪ੍ਰੋਬਲਮ ਨਹੀਂ ਆਉਂਦੀ। ਔਰ ਜਿਹੜੇ ਲੋਕ ਖਾਸ ਕਰ ਮੈਂਗੋ ਸ਼ੇਕ, ਬਨਾਨਾ ਸ਼ੇਕ, ਚੀਕੂ ਸ਼ੇਕ ਪੀਂਦੇ ਹੈ, ਕਿਉਂਕਿ ਇਹ ਜਿਹੜੀ ਸ਼ੇਕ ਦਾ ਕੰਸੈਪਟ ਹੈ ਇਹ ਤੁਹਾਡੀ ਅਗਨੀ ਨੂੰ, ਡਾਈਜੈਸ਼ਨ ਪਾਵਰ ਨੂੰ ਪੂਅਰ ਕਰਕੇ ਤੁਹਾਨੂੰ ਜੋੜਾਂ ਦੇ ਦਰਦ ਤੱਕ ਸਫ਼ਰ ਬੋਡੀ ਲੈ ਕੇ ਜਾਂਦਾ। ਅੰਬ ਅਤੇ ਕਰਡ, ਅੰਬ ਅਤੇ ਕੇਲਾ ਨਹੀਂ ਲੈਣਾ। ਅੰਬ ਪਚਾਉਣ 'ਚ ਨਾ ਹੈਵੀ ਫਰੂਟ ਹੈ, ਤਾਂ ਹੀ ਇਹਨੂੰ ਕਫ ਪ੍ਰਧਾਨ ਜਾਂ ਥੋੜ੍ਹਾ ਰੇਸ਼ਾ ਵਧਾਉਣ ਵਾਲਾ ਫਰੂਟ ਮੰਨਿਆ ਜਾਂਦਾ। ਦੋਸਤੋ, ਅੰਬਾਂ ਨੂੰ ਫਲਾਂ ਦਾ ਰਾਜਾ ਕਿਹਾ ਗਿਆ ਔਰ ਮੌਸਮ ਆ ਗਿਆ ਹੋਇਆ, ਸੀਜ਼ਨ ਹੈ ਅੰਬਾਂ ਦਾ। ਰੇੜੀਆਂ 'ਤੇ ਤੁਹਾਨੂੰ ਅੰਬ ਲਿਸ਼ਕਦੇ ਹੋਏ ਨਜ਼ਰ ਆਉਣਗੇ। ਜੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਬਾਹਰ ਜਾ ਰਹੇ ਹੋ ਤਾਂ ਉਹਨਾਂ ਨੇ ਵੀ ਜ਼ਿੱਦ ਕਰਨੀ ਕਿ ਪਾਪਾ ਮੈਂਗੋ ਸ਼ੇਕ ਪੀਣਾ, ਅੰਬ ਖਾਣਾ, ਚੂਸਣ ਵਾਲਾ ਅੰਬ ਲੈ ਦਿਓ। ਇਹ ਤਮਾਮ ਤਰ੍ਹਾਂ ਦੀਆਂ ਚੀਜ਼ਾਂ ਹੁਣ ਗਰਮੀ ਦੀਆਂ ਮੌਸਮਾਂ ਦੇ ਵਿੱਚ ਚੱਲਣਗੀਆਂ। ਲੇਕਿਨ ਇਹਦੇ ਨਾਲ ਨਾਲ ਜੋ ਅੰਬ ਸਵਾਦ ਲੱਗਦਾ ਉਹੀ ਅੰਬ ਦਿੱਕਤਾਂ ਵੀ ਦਿੰਦਾ, ਪਰੇਸ਼ਾਨੀਆਂ ਵੀ ਦਿੰਦਾ। ਕਿੰਨਾ ਨੂੰ ਦਿੰਦਾ, ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਿੰਦਾ, ਇਹ 'ਤੇ ਗੱਲਬਾਤ ਕਰਾਂਗੇ। ਢਿੱਡ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ। ਚੰਡੀਗੜ੍ਹ ਆਯੁਰਵੇਦਾ ਸੈਂਟਰ ਤੋਂ ਵੈਦਿਕ ਕਰਨਵੀਰ ਜੀ ਅਕਸਰ ਉਹਨਾਂ ਸਵਾਲਾਂ ਦੇ ਜਵਾਬ ਦਿੰਦੇ ਆ। ਔਰ ਬਹੁਤ ਸਾਰੇ ਲੋਕਾਂ ਦੀਆਂ ਕੁਐਰੀਜ਼ ਨੇ, ਕਿਉਂਕਿ ਆਯੁਰਵੇਦ ਦੇ ਵਿੱਚ ਢਿੱਡ ਨੂੰ ਜੜ ਮੰਨਿਆ ਗਿਆ, ਰੂਟ ਕੌਜ਼ ਜਿਹੜਾ ਹੁੰਦਾ, ਢਿੱਡ ਤੋਂ ਹੀ ਹਰ ਬਿਮਾਰੀ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ। ਹੋਰ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਕਰਾਂਗੇ ਜਿਹਦੇ ਨਾਲ ਤੁਹਾਡਾ ਜਿਹੜਾ ਜੀਵਨ ਹੈ ਉਹ ਚੰਗੀ ਤਰ੍ਹਾਂ ਗੁਜ਼ਰੇਗਾ। ਧੰਨਵਾਦ ਵਕਤ ਦਿੱਤਾ, ਸ਼ੁਕਰੀਆ। ਥੈਂਕ ਯੂ ਜੀ, ਧੰਨਵਾਦ ਤੁਹਾਡਾ। ਕੋਸ਼ਿਸ਼ ਕਰਾਂਗੇ ਤੁਹਾਡੇ ਸਾਰੇ ਸਵਾਲ ਜਿਹੜੇ ਲੋਕਾਂ ਦੇ ਦਿਲ 'ਚ ਹੁੰਦੇ ਆ ਆਪਾਂ ਅੱਜ ਕਲੀਅਰ ਕਰ ਸਕੀਏ। ਅੰਬ ਬਚਪਨ ਦੇ ਵਿੱਚ ਖਾਣ ਦਾ ਬੜਾ ਸ਼ੌਂਕ ਹੁੰਦਾ ਸੀਗਾ ਮੈਨੂੰ, ਪਰ ਹੌਲੀ ਹੌਲੀ ਉਹੀ ਅੰਬ ਜਿਹੜਾ ਸੀਗਾ ਮੇਰੇ ਮੂੰਹ 'ਤੇ ਫੋੜੇ ਫਿੰਸੀਆਂ ਕਰਨ ਲੱਗ ਪਿਆ। ਇਹ ਜਿਹੜੀ ਦਿੱਕਤ ਪਰੇਸ਼ਾਨੀ ਇਕੱਲੀ ਮੇਰੀ ਨਹੀਂ ਸੀਗੀ, ਕਈ ਹੋਰ ਲੋਕਾਂ ਦੀ ਸੀਗੀ। ਉਹਦੇ ਕਰਕੇ ਵਿੱਚ ਮੈਨੂੰ ਅੰਬ ਛੱਡਣਾ ਵੀ ਪੈ ਗਿਆ, ਦਿਲ 'ਤੇ ਪੱਥਰ ਰੱਖ ਕੇ। ਜਿਹੜਾ ਅੰਬ ਹੈਗਾ ਇਹਨੂੰ ਰਾਜਾ ਕਿਹਾ ਗਿਆ, ਲੇਕਿਨ ਕਿਹਨੂੰ ਮਾਫਕ ਆਉਂਦਾ ਔਰ ਕਿਹਦੇ ਲਈ ਇਹ ਮੁਸ਼ਕਲ ਖੜੀ ਕਰਦਾ? ਦੇਖੋ, ਅੰਬ ਸੀਜ਼ਨਲ ਹੋਣਾ ਚਾਹੀਦਾ ਪਹਿਲੀ ਗੱਲ ਤਾਂ। ਅੱਜ ਕੱਲ੍ਹ ਤਾਂ ਆਪਾਂ ਕੋਲਡ ਸਟੋਰੇਜ ਤੋਂ ਵੀ ਅੰਬ ਸੋਰਸ ਹੁੰਦੇ ਆ, ਈਵਨ ਕਿ ਉਹ ਸਮਾਂ ਆ ਗਿਆ ਕਿ ਕਈ ਵਾਰ ਤਾਂ 12 ਮਹੀਨੇ ਵੀ ਅੰਬ ਮਿਲਦੇ ਆ। ਔਰ ਸਾਨੂੰ ਸਭ ਨੂੰ ਇਹ ਵੀ ਪਤਾ ਹੈ ਕਿ ਉਹ ਕਿਵੇਂ ਪੱਕਦੇ ਆ, ਆਰਟੀਫਿਸ਼ਲੀ ਕਿਵੇਂ ਉਹਨੂੰ ਕਲਟੀਵੇਟ ਕੀਤਾ ਜਾਂਦਾ। ਔਰ ਦੂਜੀ ਗੱਲ, ਅੰਬ ਬੇਸਿਕਲੀ ਅਕੋਰਡਿੰਗ ਟੂ ਆਯੁਰਵੇਦ ਰੇਸ਼ਾ ਵਧਾਉਂਦਾ, ਠੀਕ ਹੈ। ਤਾਂ ਹੀ ਤੁਸੀਂ ਦੇਖੋਗੇ ਜਿਨ੍ਹਾਂ ਦੇ ਅੰਬ ਖਾ ਕੇ ਹੀ ਫੁੰਸੀਆਂ ਫੋੜੇ ਹੁੰਦੇ ਹੈ, ਉਹ ਫੁੰਸੀ ਫੋੜੇ ਹਮੇਸ਼ਾ ਪਸ ਵਾਲੇ ਅਤੇ ਸਾਈਜ਼ 'ਚ ਵੱਡੇ ਹੁੰਦੇ, ਠੀਕ ਹੈ। ਆਪਾਂ ਕਹਿੰਦੇ ਗਰਮੀ ਹੋ ਗਈ, ਪਰ ਅੰਬ ਕੀ ਕਰਦਾ, ਤਾਂ ਹੀ ਅਸੀਂ ਅੰਬ ਸਪੈਸ਼ਲੀ ਜਿਹੜੇ ਡਾਇਬਟੀਜ਼ ਵਾਲੇ ਪੇਸ਼ੈਂਟ ਹੈ ਅਸੀਂ ਮਨਾ ਕਰਦੇ ਹਾਂ ਕਿ ਅੰਬ ਤੁਹਾਡੇ ਲਈ ਇੰਨਾ ਚੰਗਾ ਨਹੀਂ ਹੈ। ਦੂਜਾ, ਅੰਬ ਵਿਟਾਮਿਨ ਸੀ ਦਾ ਬੜਾ ਅੱਛਾ ਸੋਰਸ ਹੈ, ਈਵਨ ਕਿ ਤੁਹਾਡੀ ਅੱਖਾਂ ਵਾਸਤੇ ਬੜਾ ਚੰਗਾ ਹੈ। ਪਰ ਅੰਬ ਕਿੰਨੇ ਕਿਹੜੇ ਮੌਸਮ 'ਚ ਕਿੱਥੋਂ ਸੋਰਸ ਹੋਇਆ ਇਹ ਬੜਾ ਇੰਪੋਰਟੈਂਟ ਹੈ, ਠੀਕ ਹੈ। ਕਈ ਲੋਕਾਂ ਨੂੰ ਤੁਸੀਂ ਦੇਖਿਆ ਹੋਏਗਾ ਡਾਇਰੀਆ ਤੱਕ ਹੋ ਜਾਂਦਾ ਹੈ, ਜਿਹੜੇ ਕਿ ਬਹੁਤ ਐਕਸੈਸਡ ਅੰਬ ਖਾ ਲੈਂਦੇ ਹੈ। ਮੇਰੇ ਕੋਲ ਕਈ ਪੇਸ਼ੈਂਟ ਵੀ ਆਉਂਦੇ ਹੈ ਕਿ ਸਵਾਦ 'ਚ ਖਾ ਲਏ ਜੀ ਅਤੇ ਸਾਨੂੰ ਲੂਜ਼ ਮੋਸ਼ਨ ਲੱਗ ਗਏ, ਕਿਉਂਕਿ ਅੰਬ ਪਚਾਉਣ 'ਚ ਨਾ ਹੈਵੀ ਫਰੂਟ ਹੈ, ਤਾਂ ਹੀ ਇਹਨੂੰ ਕਫ ਪ੍ਰਧਾਨ ਜਾਂ ਥੋੜ੍ਹਾ ਰੇਸ਼ਾ ਵਧਾਉਣ ਵਾਲਾ ਫਰੂਟ ਮੰਨਿਆ ਜਾਂਦਾ। ਤੁਹਾਡੀ ਡਾਈਜੈਸ਼ਨ ਪਾਵਰ ਨੂੰ, ਅਗਨੀ ਨੂੰ ਮੰਦ ਕਰਦਾ, ਪੂਅਰ ਕਰਦਾ। ਤੁਸੀਂ ਦੇਖੋਗੇ ਅੰਬ ਖਾਂਦੇ ਹੋ ਤਾਂ ਤੁਹਾਡਾ ਇੱਕ ਸਟਮਕ 'ਚ ਫੁੱਲਨੈਸ, ਤੁਹਾਨੂੰ ਢਿੱਡ ਭਰਿਆ ਭਰਿਆ ਲੱਗਦਾ। ਸੋ ਇਹ ਬਹੁਤ ਕੁਛ ਚੀਜ਼ਾਂ,
ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਂਗੋ ਸ਼ੇਕ ਦੀ, ਇਹ ਤਾਂ ਮੈਂ ਖਾਸ ਕਰ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਕੱਲਾ ਮੈਂਗੋ ਸ਼ੇਕ ਨਹੀਂ, ਬਨਾਨਾ ਸ਼ੇਕ, ਕੋਈ ਵੀ ਫਰੂਟ ਜਦ ਤੁਸੀਂ ਸ਼ੇਕ ਦੇ ਰੂਪ 'ਚ ਲੈਂਦੇ ਹੋ ਉਹ ਡੈਫੀਨੇਟਲੀ ਨੁਕਸਾਨਦਾਇਕ ਹੈ। ਤੁਸੀਂ ਇਸ ਗੱਲ ਨੂੰ ਕਿਵੇਂ ਸਮਝੋਗੇ, ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਦੁੱਧ ਅਤੇ ਕੋਈ ਵੀ ਫਰੂਟ ਦਾ ਜਿਹੜਾ ਮਿਸ਼ਰਣ ਹੈ ਉਹ ਆਯੁਰਵੇਦ ਅਨੁਸਾਰ ਟੋਟਲੀ ਰੋਂਗ ਹੈ, ਓਪੋਜ਼ਿਟ ਹੈ, ਇਨਕੰਪੈਟੇਬਲ ਫੂਡ 'ਚ ਮੰਨਿਆ ਜਾਂਦਾ। ਅੱਛਾ, ਮਤਲਬ ਇਹ ਆਪਸ 'ਚ ਇਹਨਾਂ ਦਾ ਤਾਲਮੇਲ ਹੀ ਇੰਨਾ ਬੁਰਾ ਬਣਦਾ ਹੈ ਕਿ ਤੁਹਾਨੂੰ ਕੋਈ ਵੀ ਰੋਗ ਉਤਪੰਨ ਕਰ ਸਕਦੇ, ਨੰਬਰ ਵਨ। ਨੰਬਰ ਟੂ, ਜਦ ਤੁਹਾਨੂੰ ਤੁਸੀਂ ਕੋਈ ਸ਼ੇਕ ਲੈਂਦੇ ਹੋ ਤਾਂ ਮਿਕਸੀ 'ਚ ਘੁਮਾ ਕੇ ਲੈਂਦੇ ਹੋ, ਜਿਹਦੇ ਵਿੱਚ ਬਬਲਸ ਆ ਜਾਂਦੇ ਆ, ਉਹਨੂੰ ਅਸੀਂ ਵਾਯੂ ਕਹਿੰਦੇ ਹਾਂ। ਬੜੇ ਲੋਕਾਂ ਨੂੰ ਕੰਪਲੇਂਟ ਹੁੰਦੀ ਹੈ, ਈਵਨ ਕਿ ਮੇਰੇ ਕੋਲ ਹੁਣ ਗਰਮੀਆਂ 'ਚ ਲੋਕਾਂ ਨੂੰ ਜੋੜਾਂ ਦੇ ਦਰਦ ਜਿਨ੍ਹਾਂ ਨੂੰ ਹੁੰਦੇ ਹੈ, ਉਹ ਅਸੀਂ ਜਦ ਹਿਸਟਰੀ ਲੈਂਦੇ ਹਾਂ ਤਾਂ ਰਾਤ ਨੂੰ ਦੁੱਧ ਪੀਂਦੇ ਹਾਂ ਜਾਂ ਠੰਡਾ ਦੁੱਧ ਸਪੈਸ਼ਲ ਜਿਹੜੇ ਲੋਕ ਪੀਂਦੇ ਹੈ, ਗਰਮ ਦੁੱਧ 'ਚ ਇੰਨੀ ਪ੍ਰੋਬਲਮ ਨਹੀਂ ਆਉਂਦੀ। ਔਰ ਜਿਹੜੇ ਲੋਕ ਖਾਸ ਕਰ ਮੈਂਗੋ ਸ਼ੇਕ, ਬਨਾਨਾ ਸ਼ੇਕ, ਚੀਕੂ ਸ਼ੇਕ ਪੀਂਦੇ ਹੈ, ਤੁਸੀਂ ਦੇਖੋ ਕਈ ਲੋਕ ਨਾ ਐਡਵਾਈਜ਼ ਕਰਦੇ ਹੈ ਕਿ ਤੁਸੀਂ ਜਦ ਜਿੰਮ ਤੋਂ ਆਉਂਦੇ ਹੋ, ਜਾਂਦੇ ਹੋ ਜਿੰਮ ਤੋਂ ਪਹਿਲਾਂ, ਤਾਂ ਮੈਂਗੋ ਸ਼ੇਕ ਪੀ ਲਓ, ਬਨਾਨਾ ਸ਼ੇਕ ਪੀ ਲਓ। ਈਵਨ ਕਈ ਲੋਕ ਕਹਿੰਦੇ ਹੈ ਕਿ ਸਾਨੂੰ ਉਹਦੇ ਨਾਲ ਮਸਲ ਗੇਨ ਹੁੰਦਾ, ਟੋਟਲੀ ਰੋਂਗ ਕਨਸੈਪਟ ਹੈ। ਤੁਸੀਂ ਇਹ ਬੁੱਕਸ ਦੇਖੋ, ਟੈਕਸਟ ਦੇਖੋ, ਤੁਹਾਨੂੰ ਪਤਾ ਲੱਗੇਗਾ, ਤੁਹਾਡੀ ਨੌਲੇਜ ਅਪਡੇਟ ਕਰੋ, ਕਿਉਂਕਿ ਇਹ ਜਿਹੜੀ ਸ਼ੇਕ ਦਾ ਕਨਸੈਪਟ ਹੈ ਇਹ ਤੁਹਾਡੀ ਅਗਨੀ ਨੂੰ, ਡਾਈਜੈਸ਼ਨ ਪਾਵਰ ਨੂੰ ਪੂਰ ਕਰਕੇ ਤੁਹਾਨੂੰ ਜੋੜਾਂ ਦੇ ਦਰਦ ਤੱਕ ਸਫ਼ਰ ਬੋਡੀ ਲੈ ਕੇ ਜਾਂਦਾ। ਬਈ ਤਰ੍ਹਾਂ ਤਰ੍ਹਾਂ ਦੇ ਸ਼ੇਕ ਆ ਗਏ ਹੁਣ ਤਾਂ, ਦਹੀਂ ਵੀ ਫਲੇਵਰਡ ਆ ਗਈ, ਮੈਂਗੋ ਦਹੀਂ, ਬਲੂਬੈਰੀ ਦਹੀਂ, ਫਲਾਣੀ ਦਹੀਂ, ਲੱਸੀ ਤੱਕ ਫਲੇਵਰਡ ਆ ਗਈ ਹੈ। ਇਹ ਜਿਵੇਂ ਤੁਸੀਂ ਕਹਿ ਰਹੇ ਹੈਗੇ ਹੋ ਕਿ ਵੀ ਜਦੋਂ ਦੁੱਧ ਦੇ ਨਾਲ ਕੋਈ ਫਰੂਟ ਮਿਕਸ ਕਰਕੇ ਸ਼ੇਕ ਬਣਾ ਕੇ ਬੰਦਾ ਪੀਂਦਾ ਤਾਂ ਉਹ ਉਜਾੜੇ ਵੱਲ ਚੱਲਦਾ ਪਿਆ ਔਰ ਆਪਣਾ ਉਹਨੇ ਕੰਮ ਖਰਾਬ ਕਰਵਾ ਲੈਣਾ ਹੈਗਾ। ਅੱਜ ਤੱਕ ਲੋਕਾਂ ਦੀ ਸਾਈਕੋਲੋਜੀ ਜਿਹੜੀ ਸੀਗੀ ਉਹਦਾ ਬੜੇ ਇਸ ਚੀਜ਼ ਨੂੰ ਨਿਊਟ੍ਰੀਸ਼ੀਅਸ ਸਮਝਦੇ ਸੀਗੇ ਕਿ ਦੁੱਧ ਅਤੇ ਬਨਾਨਾ ਨੂੰ ਜਾਂ ਕੇਲੇ ਨੂੰ ਮਿਕਸ ਕਰਕੇ ਜੇ ਬਨਾਨਾ ਸ਼ੇਕ ਪੀ ਲਉਂਗੇ ਤਾਂ ਤੁਹਾਡੀ ਬੋਡੀ ਨੂੰ, ਤੁਹਾਨੂੰ ਨਿਊਟ੍ਰੀਸ਼ਨ ਮਿਲੇਗਾ, ਤੁਹਾਨੂੰ ਜੋ ਤੁਹਾਡੀ ਬੋਡੀ ਨੂੰ ਚਾਹੀਦੀ ਹੈਗੀ ਐਨਰਜੀ ਉਹ ਮਿਲੇਗੀ। ਬਟ ਤੁਸੀਂ ਅੱਜ ਸਾਰਾ ਕੁਝ ਪਲਟ ਕੇ ਰੱਖਤਾ। ਮੈਂ ਪਲਟਿਆ ਨਹੀਂ ਜੀ, ਇਹ ਉਹ ਗ੍ਰੰਥ ਹੈ ਜਿਹੜੇ ਅਸੀਂ ਪੜ੍ਹਦੇ ਹਾਂ, ਐਵੀਡੈਂਸ ਦੇ ਨਾਲ ਤੁਹਾਨੂੰ ਦੱਸ ਰਹੇ ਹਾਂ। ਇਨਕੰਪੈਟੇਬਲ ਫੂਡ ਹੁੰਦਾ ਹੈ, ਜਿਵੇਂ ਬਹੁਤ ਜਗ੍ਹਾ 'ਤੇ ਲਿਖਿਆ ਹੋਇਆ, ਈਵਨ ਕਿ ਅਸੀਂ ਉਸ ਨੂੰ ਪ੍ਰੈਕਟਿਸ ਕਰਦੇ ਹਾਂ ਕਿ ਨੌਨ ਵੈਜ 'ਤੇ ਦੁੱਧ ਨਹੀਂ ਲੈਣਾ, ਠੀਕ ਹੈ, ਅੰਬ ਅਤੇ ਕੇਲਾ ਨਹੀਂ ਲੈਣਾ। ਅੰਬ ਅਤੇ ਕੇਲਾ ਕਿਉਂ ਨਹੀਂ ਲੈਣਾ ਜੀ? ਅੰਬ ਇੱਕ ਡਿਫਰੈਂਟ, ਉਹਦੇ ਨਿਊਟ੍ਰੀਸ਼ਨ ਵੈਲਿਊ ਬਹੁਤ ਡਿਫਰੈਂਟ ਹੈ। ਲੋਕ ਤਾਂ ਫਰੂਟ ਚਾਟ ਖਾ ਰਹੇ ਆ ਤਾਂ ਹੀ ਬਿਮਾਰ ਵੀ ਹੋ ਰਹੇ ਹਾਂ ਜੀ। ਦੇਖੋ ਤੁਹਾਨੂੰ ਇੱਕ ਹੋਰ ਦੱਸਦਾ, ਅੰਬ ਅਤੇ ਕਰਡ, ਅੰਬ ਅਤੇ ਕਰੇਲਾ, ਇਹਨਾਂ ਦਾ ਅਸੀਂ ਰਸ ਦੇ ਹਿਸਾਬ ਨਾਲ ਚੱਲਦੇ ਹਾਂ ਆਯੁਰਵੇਦ 'ਚ, ਠੀਕ ਹੈ। ਹਰੇਕ ਫਰੂਟ ਦਾ, ਹਰੇਕ ਅੰਨ ਦਾ ਇੱਕ ਰਸ ਹੈ, ਜਦ ਉਹ ਰਸ ਦੂਜੇ ਫਰੂਟ ਨਾਲ ਮੈਚ ਨਹੀਂ ਕਰਦਾ ਤਾਂ ਉਹ ਡਾਈਜੈਸਟ ਨਹੀਂ ਹੁੰਦਾ, ਉਹ ਟੌਕਸਿਕ ਬਣ ਜਾਂਦਾ। ਇਸ ਲਈ ਇਹਨੂੰ ਇਨਕੰਪੈਟੇਬਲ ਫੂਡ ਮੰਨਿਆ ਜਾਂਦਾ, ਜਿਹਨੂੰ ਆਯੁਰਵੇਦ 'ਚ ਵਿਰੁੱਧ ਆਹਾਰ ਦੱਸਿਆ ਜਾਂਦਾ। ਜਦ ਤੁਸੀਂ ਇਹ ਪ੍ਰੈਕਟਿਸ ਰੈਗੂਲਰ ਕਰਦੇ ਹੋ, ਦੇਖੋ ਤੁਹਾਨੂੰ ਇੱਕ ਦੋ ਵਾਰ ਖਾਣ 'ਚ ਦਿੱਕਤ ਨਹੀਂ ਆਏਗੀ। ਲੋਕ ਬਹੁਤ ਜ਼ਿਆਦਾ ਕਮੈਂਟ ਕਰਨਗੇ ਇੱਕ ਵਾਰ ਅਸੀਂ ਰੋਜ਼ ਖਾ ਕੇ ਦੇਖਿਆ। ਜਦ ਤੁਹਾਨੂੰ ਬਿਮਾਰੀਆਂ ਪੈਦਾ ਹੋਣਗੀਆਂ ਤਾਂ ਤੁਹਾਨੂੰ ਮੇਰੀ ਗੱਲ ਵੀ ਯਾਦ ਆਏਗੀ ਕਿ ਜਿਹੜਾ ਅਸੀਂ ਰੋਜ਼ ਇੱਕ ਹੈਬਿਟ ਬਣਾ ਲਿਆ ਚੀਜ਼ ਨੂੰ ਲੈਣਾ, ਉਹ ਤੁਹਾਨੂੰ ਨੁਕਸਾਨ ਕਰਦੀ ਹੈ। ਤੁਹਾਡੇ ਤਰ੍ਹਾਂ ਤਰ੍ਹਾਂ ਦੇ ਰੋਗਾਂ ਦਾ ਬੇਸਿਕਲੀ ਜੋ ਉਤਪੱਤੀ ਹੈ, ਜੋ ਕਾਰਨ ਹੈ, ਇਹ ਜਿਹਾ ਵਿਰੁੱਧ ਖਾਣਾ। ਸੋ ਆਯੁਰਵੇਦ ਤੁਹਾਨੂੰ ਇਹੀ ਚੀਜ਼ 'ਚ ਦੱਸਣ 'ਚ ਹੈਲਪ ਕਰਦੀ ਹੈ ਕਿ ਕਿਹੜਾ ਖਾਣਾ, ਕਿਹੋ ਜਿਹੇ ਮੌਸਮ 'ਚ, ਕਿਹੜੇ ਟਾਈਮ 'ਤੇ ਕਿਵੇਂ ਖਾਣਾ, ਇਹ ਆਯੁਰਵੇਦ ਦਾ ਗਿਆਨ ਹੈ। ਇਹ ਵੀ ਕਿਤੇ ਨਾ ਕਿਤੇ ਉਲੇਖ ਹੈਗਾ ਆਯੁਰਵੇਦ ਦੇ ਵਿੱਚ ਕਿ ਅੰਬ ਖਾਣਾ ਕਦੋਂ, ਸਮਾਂ ਦੱਸਿਆ ਕੋਈ ਇਹਦਾ? ਦੇਖੋ ਸੀਜ਼ਨਲ ਫਰੂਟ ਹੈ, ਮੈਂ ਤੁਹਾਨੂੰ ਫਿਰ ਦੱਸ ਰਿਹਾ, ਜਦ ਹੁਣ ਆਪਾਂ ਅੱਜ ਦੀ ਗੱਲ ਕਰੀਏ ਤਾਂ ਤੁਸੀਂ ਦੇਖਿਓ ਅੱਜ ਅੰਬ ਮਿਲਦਾ ਔਰ ਮਿਠਾਸ 'ਤੇ ਮਿਲਦਾ ਹਰੇਕ ਅੰਬ, ਕਿਉਂਕਿ ਅੰਬ 'ਚ ਬਹੁਤ ਤਰ੍ਹਾਂ ਦੇ ਟਾਈਪਸ ਹੈ, ਹਰੇਕ ਅੰਬ ਦੀ ਜਿਹੜੀ ਟਾਈਪ ਹੈ ਉਹਦੇ ਵੱਖ ਵੱਖ ਮੌਸਮ ਹੈ। ਜਦ ਆਪਾਂ ਬਿਨ ਮੌਸਮ ਖਾਂਦੇ ਹਾਂ ਤਾਂ ਸਾਨੂੰ ਉਹ ਈਜ਼ੀਲੀ ਨਹੀਂ ਡਾਈਜੈਸਟ ਹੁੰਦਾ। ਹੁਣ ਕਈ ਮੈਨੂੰ ਕਰਨਗੇ ਆਪਣੇ ਸ਼ਾਇਦ ਕਮੈਂਟ ਵੀ ਕਰਨਗੇ, ਮੈਂ ਤਾਂ ਖਾਇਆ ਮੈਨੂੰ ਪਚ ਗਿਆ, ਤਾਂ ਖੁਸ਼ ਨਸੀਬ ਹੋ, ਤੁਹਾਡੀ ਡਾਈਜੈਸ਼ਨ ਪਾਵਰ ਵਧੀਆ ਹੈ। ਜਿਨ੍ਹਾਂ ਦੀ ਨਹੀਂ ਆਉਣਾ ਪੁੱਛ ਕੇ ਦੇਖੋ, ਉਹਨਾਂ ਨੂੰ ਕੀ ਕਰਦਾ ਜੀ? ਐਸੀਡਿਟੀ ਕਰੇਗਾ, ਅੰਬ ਡਾਇਰੀ ਕਰੇਗਾ, ਭੁੱਖ ਨਹੀਂ ਲੱਗੇਗੀ, ਸਿੱਧਾ ਹੀ ਤੁਹਾਡੀ ਭੁੱਖ ਮਰ ਜਾਏਗੀ, ਲਿਵਰ 'ਤੇ ਇਫੈਕਟ ਕਰਦਾ, ਫੈਟੀ ਲਿਵਰ ਹੋ ਜਾਏਗਾ। ਅੰਬ ਖਾਣਾ ਫੈਟੀ ਲਿਵਰ ਹੋ ਜਾਏਗਾ? ਸ਼ਰਾਬ ਦਾ ਤਾਂ ਸੁਣਿਆ ਹੀ ਹੈ। ਦੇਖੋ ਲਿਵਰ ਨੂੰ, ਤੁਹਾਡੀ ਬੋਡੀ ਦੀ ਕਿਚਨ ਹੈ,
ਜਦ ਆਪਾਂ ਕੋਈ ਵੀ ਇਹੋ ਜਿਹੀ ਚੀਜ਼ ਲਵਾਂਗੇ ਜੋ ਸਾਡੀ ਖੱਪ ਨਾ ਸਕੇ ਈਜ਼ੀਲੀ ਜਾਂ ਨਹੀਂ ਪਚ ਰਹੀ ਤਾਂ ਇਫੈਕਟ ਤਾਂ ਲਿਵਰ 'ਤੇ ਆਉਣਾ ਵਿਚਾਰੇ 'ਤੇ। ਆਪਾਂ ਨਾ ਅੱਜ ਕੱਲ੍ਹ ਬੜੇ ਨੌਲੇਜ ਨੂੰ ਅਪਡੇਟ ਕਰਦੇ ਹਾਂ, ਆਪਾਂ ਨੂੰ ਪਤਾ ਵੀ ਹੈ ਲਿਵਰ ਇੱਕ ਵੱਡਾ ਔਰਗਨ ਹੈ, ਲਿਵਰ ਸਾਨੂੰ ਖਾਣਾ ਪਚਾਉਣ 'ਚ ਹੈਲਪ ਕਰਦਾ, ਪਰ ਲਿਵਰ ਜੇ ਤੁਸੀਂ ਰੈਗੂਲਰ ਕੋਈ ਇਹੋ ਜਿਹਾ ਇਨਟੇਕ ਕਰ ਰਹੇ ਹੋ, ਚਾਹੇ ਉਹ ਅਲਕੋਹਲ ਦੀ ਗੱਲ ਕਰ ਰਹੇ ਹੋ, ਚਾਹੇ ਇਹੋ ਜਿਹਾ ਖਾਣਾ ਜੋ ਬੇਟਾਈਮ ਖਾਂਦੇ ਹੋ, ਚਾਹੇ ਇਹੋ ਜਿਹਾ ਫਰੂਟ ਜੋ ਨਹੀਂ ਖਾਣਾ ਚਾਹੀਦਾ ਰੋਜ਼ ਖਾਂਦੇ ਹੋ, ਤਾਂ ਇਫੈਕਟ ਤੁਹਾਡੇ ਲਿਵਰ 'ਤੇ ਹੋਏਗਾ ਔਰ ਉਸ ਤੋਂ ਬਾਅਦ ਤੁਹਾਡੇ ਕਿਡਨੀ 'ਤੇ ਇਫੈਕਟ ਆਉਂਦਾ। ਅੱਛਾ, ਤਰਬੂਜ ਦਾ ਵੀ ਸੀਜ਼ਨ ਹੈਗਾ, ਲੋਕਾਂ ਨੇ ਤਰਬੂਜ ਜਿਹੜਾ ਹੈਗਾ ਹੁਣ ਜਿੱਥੇ ਵੀ ਬੈਠੇ ਹੋਣਗੇ, ਦੁਪਹਿਰ ਦਾ ਟਾਈਮ ਹੋਵੇ, ਰਾਤ ਦਾ ਟਾਈਮ ਹੋਵੇ, ਉਹਨਾਂ ਨੇ ਤਰਬੂਜ ਕੱਟ ਕੇ ਖਾਣਾ ਹੀ ਖਾਣਾ। ਅੱਜ ਕੱਲ੍ਹ ਤਾਂ ਕਈ ਰੀਲਸ ਵੀਡੀਓਜ਼ ਇਹੋ ਜਿਹੀਆਂ ਚੱਲ ਪਈਆਂ ਹੈਗੀਆਂ ਨੇ ਕਿ ਲੋਕ ਸ਼ਰਬਤ ਬਣਾ ਰਹੇ ਆ ਜੀ, ਦੁੱਧ ਦੇ ਵਿੱਚ ਤਰਬੂਜ ਕੱਟ ਕੇ ਪਾ ਰਹੇ ਆ। ਤਰਬੂਜ ਕਈ ਲੋਕ ਕਹਿੰਦੇ ਹੈਗੇ ਰਾਤ ਦੇ ਟਾਈਮ ਨਹੀਂ ਖਾਣਾ ਚਾਹੀਦਾ, ਕਈ ਲੋਕ ਕਹਿੰਦੇ ਹੈਗੇ ਦੁੱਧ ਦੇ ਨਾਲ ਨਹੀਂ ਖਾਣਾ ਚਾਹੀਦਾ, ਤੁਸੀਂ ਕੀ ਕਹਿੰਦੇ ਹੋ? ਮੈਂ ਨਹੀਂ ਕਹਿੰਦਾ ਜੀ, ਆਯੁਰਵੇਦ ਕਹਿੰਦਾ ਤਰਬੂਜ ਨੂੰ ਬਿਲਕੁਲ ਲਓ, ਇਟਸ ਗੁੱਡ ਫਰੂਟ। ਸਭ ਤੋਂ ਅੱਛੀ ਗੱਲ ਇਹਦੇ 'ਚ ਇਹ ਹੈ ਕਿ ਹਾਈਡਰੇਟਿਡ ਰੱਖਦਾ ਤੁਹਾਨੂੰ, ਬੋਡੀ ਨੂੰ ਤਰਲ ਰੱਖਦਾ, ਪਰ ਆਪਾਂ ਨੂੰ ਦੁੱਧ ਨਾਲ ਨਹੀਂ ਲੈਣਾ ਚਾਹੀਦਾ। ਮੈਂ ਤੁਹਾਨੂੰ ਫਿਰ ਕਹਿ ਰਿਹਾ, ਕੋਈ ਵੀ ਫਰੂਟ ਦੁੱਧ ਨਾਲ ਨਹੀਂ ਲੈਣਾ ਚਾਹੀਦਾ। ਦੁੱਧ ਨਾਲ ਤਰਬੂਜ ਕਿਉਂ ਨਹੀਂ ਲੈਣਾ ਚਾਹੀਦਾ? ਕਿਉਂਕਿ ਅਬਜ਼ੋਰਪਸ਼ਨ ਨਹੀਂ ਹੋ ਰਿਹਾ। ਤੁਸੀਂ ਸਮਝੋ ਨਾ ਗੱਲ ਨੂੰ, ਸਾਡੀ ਬੋਡੀ ਨੇ ਪ੍ਰੋਸੈਸ ਕਰਨਾ ਖਾਣਾ, ਜਿਹੜੀ ਚੀਜ਼ ਉਹਦੇ ਨਾਲ ਪ੍ਰੋਸੈਸ ਨਹੀਂ ਹੋ ਸਕਦੀ, ਤੁਸੀਂ ਲੈਂਦੇ ਹੋ, ਧੱਕਾ ਕਰ ਰਹੇ ਹੋ ਬੋਡੀ ਨਾਲ, ਅਲਟੀਮੇਟਲੀ ਕੋਈ ਨਾ ਕੋਈ ਤਾਂ ਰੋਗ ਉਪਤਨ ਹੋਏਗਾ। ਮਤਲਬ ਤੁਹਾਨੂੰ ਕੋਈ ਨਾ ਕੋਈ ਬਿਮਾਰੀ, ਚਾਹੇ ਢਿੱਡ ਨਾਲ ਹੋਵੇ, ਕਿਸੇ ਨੂੰ ਕਬਜ਼ੀ ਹੋ ਸਕਦੀ ਹੈ। ਤੁਸੀਂ ਤਰਬੂਜ ਦੀ ਗੱਲ ਕਰ ਰਹੇ ਹੋ, ਰਾਤ ਨੂੰ ਇਸ ਲਈ ਲੈਣਾ ਚਾਹੀਦਾ ਕਿਉਂਕਿ ਬੈਕ ਹੋ ਰਿਹਾ। ਜਿਨ੍ਹਾਂ ਨੂੰ ਬੋਡੀ 'ਚ ਵਾਯੂ ਬਹੁਤ ਜ਼ਿਆਦਾ ਹੈ, ਉਹਨਾਂ ਨੂੰ ਜੋੜਾਂ ਦਾ ਦਰਦ ਵੀ ਕਰ ਸਕਦਾ ਹੈ। ਔਰ ਜਿੰਨੀ ਵੀ ਆਪਾਂ ਗੱਲਾਂ ਕਰ ਰਹੇ ਹਾਂ, ਇਹ ਕੋਈ ਅੱਜ ਦੀ ਲਿਖੀਆਂ ਹੋਈਆਂ ਗੱਲਾਂ ਨਹੀਂ ਕਰ ਰਹੇ, ਆਪਣੇ ਮਨ ਘੜਤ ਕਹਾਣੀਆਂ ਨਹੀਂ ਆਪਾਂ ਪਾ ਰਹੇ ਇੱਥੇ। ਮੈਂ ਸੋਸ਼ਲ ਮੀਡੀਆ ਤੁਸੀਂ ਵੀ ਚਲਾਉਂਦੇ ਹੋ, ਮੈਂ ਵੀ ਦੇਖਦਾ, ਹੈ ਨਾ, ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਹੈਗੀਆਂ ਨੇ। ਪਹਿਲੇ ਮੁੰਡੇ ਵਾਇਗਰਾ ਦਾ ਇਸਤੇਮਾਲ ਕਰਦੇ ਸੀਗੇ, ਹੁਣ ਲੋਕਾਂ ਨੇ ਕੀ ਕੀਤਾ ਹੈਗਾ, ਲੋਕਾਂ ਨੇ ਮੁੰਡਿਆਂ ਨੂੰ ਸਮਝਾਉਣ ਦੇ ਲਈ ਇਹ ਕਹਿਣਾ ਸ਼ੁਰੂ ਕਰਤਾ ਹੈਗਾ ਕਿ ਵਾਇਗਰਾ ਦੀ ਥਾਂ 'ਤੇ ਤੁਸੀਂ ਤਰਬੂਜ ਖਾਣਾ ਸ਼ੁਰੂ ਕਰ ਦਿਉ। ਆਯੁਰਵੇਦ ਨੂੰ ਕਿਸ ਤਰੀਕੇ ਨਾਲ ਦੇਖਦਾ ਜੀ? ਦੇਖੋ, ਕੋਈ ਵੀ ਅੰਨ, ਕੋਈ ਵੀ ਅੰਨ ਆਪਾਂ ਤਰਬੂਜ ਨੂੰ ਛੱਡੀਏ, ਤੁਹਾਡਾ ਐਨਰਜੀ ਦਾ ਸੋਰਸ ਹੈ। ਆਪਾਂ ਲੋਕ ਵਾਇਗਰਾ ਕਿਉਂ ਖਾਂਦੇ? ਕਿਉਂਕਿ ਉਹ ਐਨਰਜੀ ਦੇ ਸੋਰਸ ਨੂੰ ਪੈਦਾ ਕਰਦੇ ਹੈ ਆਰਟੀਫਿਸ਼ਲੀ, ਠੀਕ ਹੈ, ਬਲੱਡ ਪ੍ਰੈਸ਼ਰ ਕਿਸੇ ਵੀ ਚੀਜ਼ ਨਾਲ। ਅਗਰ ਆਪਾਂ ਕੋਈ ਵੀ ਅੰਨ, ਚਾਹੇ ਉਹ ਤਰਬੂਜ ਹੈ, ਚਾਹੇ ਖਾਣਾ ਹੈ, ਚਾਹੇ ਅੰਬ ਹੈ, ਜੇ ਉਹਨੂੰ ਆਪਾਂ ਸਹੀ ਖਪਾਉਣ 'ਚ, ਬੋਡੀ 'ਚ ਅਬਜ਼ੋਰਬ ਕਰਨ 'ਚ ਕਾਮਯਾਬ ਹੋ ਜਾਈਏ, ਤਾਂ ਉਹ ਆਪਣੇ ਲਈ ਐਨਰਜੀ ਦਾ ਸੋਰਸ ਬਣਦਾ। ਸਾਨੂੰ ਸਿਰਫ ਇਹ ਧਿਆਨ ਦੇਣਾ ਚਾਹੀਦਾ ਕਿ ਆਪਾਂ ਕੋਈ ਵੀ ਚੀਜ਼ ਜਦ ਲੈਂਦੇ ਹਾਂ, ਸਾਨੂੰ ਈਜ਼ੀਲੀ ਡਾਈਜੈਸਟ ਹੋਣੀ ਚਾਹੀਦੀ ਹੈ, ਸਾਨੂੰ ਟਾਈਮ 'ਤੇ ਭੁੱਖ ਲੱਗਣੀ ਚਾਹੀਦੀ ਹੈ, ਸਾਨੂੰ ਟਾਈਮਲੀ ਪੇਟ ਸਾਫ਼ ਹੋਣਾ ਚਾਹੀਦਾ, ਔਰ ਉਹਦੇ ਨਾਲ ਹੀ ਤੁਸੀਂ ਦੇਖੋਗੇ ਤੁਹਾਡਾ ਮੈਟਾਬੋਲਿਜ਼ਮ, ਜੋ ਤੁਸੀਂ ਕਹਿੰਦੇ ਹੋ, ਜੇ ਤੁਸੀਂ ਕਹਿੰਦੇ, ਬਹੁਤ ਲੋਕ ਕਹਿੰਦੇ ਮੈਟਾਬੋਲਿਜ਼ਮ ਸਲੋ ਹੋ ਗਿਆ, ਜਾਂ ਸਾਨੂੰ ਐਨਰਜੀ ਨਹੀਂ ਆਉਂਦੀ, ਸਾਨੂੰ ਅਸੀਂ ਕੀ ਖਾਈਏ। ਬੜੇ ਲੋਕ ਆ ਕੇ ਕੁਐਸਚਨ ਪੁੱਛਦੇ ਆ, ਢਿੱਡ ਖਾਸ ਕਰ ਜਦੋਂ ਪੇਟ ਦੀ ਬਿਮਾਰੀ ਹੈ, ਕਿ ਸਰ ਅਸੀਂ ਖਾਈਏ ਕੀ, ਅਸੀਂ ਕਿਵੇਂ ਖਾਈਏ, ਕੀ ਖਾਈਏ? ਅਲਟੀਮੇਟਲੀ ਤੁਸੀਂ ਇਹ ਸਮਝੋ, ਤੁਸੀਂ ਕੁਛ ਵੀ ਖਾਓ, ਓਨਾ ਕੁ ਖਾਓ ਜਿੰਨਾ ਤੁਹਾਨੂੰ ਖੱਪ ਜੇ। ਦੂਜਾ, ਕੋਈ ਵੀ ਮੈਡੀਕਲ ਸਾਇੰਸ ਤੁਹਾਨੂੰ ਕੌਂਟਰਾਇੰਡੀਕੇਸ਼ਨ ਇਹ ਦੱਸ ਸਕਦੀ ਹੈ ਕਿ ਜੇ ਤੁਹਾਨੂੰ ਕੋਈ ਬਿਮਾਰੀ ਹੈ, ਕਿ ਆਹ ਫੂਡ ਨਾ ਖਾਓ, ਇਹ ਨਾਲ ਬਿਮਾਰੀ ਵੱਧ ਜਾਏਗੀ, ਪਰ ਕੋਈ ਮੈਡੀਕਲ ਸਾਇੰਸ ਤੁਹਾਨੂੰ ਇਹ ਨਹੀਂ ਕਹੇਗੀ ਕਿ ਬਿਲਕੁਲ ਬੰਦ ਕਰ ਦਿਓ। ਅਲਟੀਮੇਟਲੀ ਆਪਾਂ ਨੂੰ ਹਰੇਕ ਫੂਡ ਤੋਂ ਕੁਛ ਨਾ ਕੁਛ ਮਿਲਦਾ, ਤਾਂ ਸਾਨੂੰ ਪੇਸ਼ੈਂਟ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਚੀਜ਼ਾਂ ਬੰਦ ਕਰਨ ਨਾਲ ਬਲਕਿ ਉਹਦੀ ਬੋਡੀ ਦਾ ਅਬਜ਼ੋਰਪਸ਼ਨ ਲੈਵਲ ਘੱਟ ਜਾਏਗਾ ਉਸ ਦੇ ਪ੍ਰਤੀ, ਤੁਸੀਂ ਉਹ ਖਾਣਾ ਖਾ ਹੀ ਨਹੀਂ ਸਕੋਗੇ ਕਦੇ। ਤੁਸੀਂ ਢਿੱਡ ਦਾ ਜ਼ਿਕਰ ਕੀਤਾ, ਗਰਮੀਆਂ ਦਾ ਮੌਸਮ ਆ ਗਿਆ, ਢਿੱਡ ਦੀ ਸ਼ਿਕਾਇਤ ਹਰ ਬੰਦੇ ਨੂੰ ਹੈਗੀ ਹੈ, ਤਰ੍ਹਾਂ ਤਰ੍ਹਾਂ ਦੇ ਸਵਾਲ ਆਉਂਦੇ ਹੈਗੇ ਆ। ਕਰਨ ਵੀ ਬੜੀ ਆਸਾਨ ਭਾਸ਼ਾ ਦੇ ਵਿੱਚ ਇਹ ਸਮਝਾਓ ਕਿ ਵੀ ਅੱਗੇ ਗਰਮੀਆਂ ਦਾ ਮੌਸਮ ਹੈਗਾ, ਢਿੱਡ ਦੀਆਂ ਦਿੱਕਤਾਂ ਹੈਗੀਆਂ ਨੇ, ਗਰਮੀ ਦੇ ਮੌਸਮ ਦੇ ਵਿੱਚ ਕਿਵੇਂ ਆਪਣੇ ਆਪ ਨੂੰ ਠੰਡਾ ਰੱਖਿਆ ਜਾਵੇ, ਕਿਹੜੀਆਂ ਕਿਹੜੀਆਂ ਇਹੋ ਜਿਹੀਆਂ ਔਸ਼ਧੀਆਂ ਘਰੇ ਅਵੇਲੇਬਲ ਹੈਗੀਆਂ ਨੇ ਜਿਹਦੇ ਨਾਲ ਢਿੱਡ ਦੀ ਕੋਈ ਸਮੱਸਿਆ ਨਹੀਂ ਹੋਏਗੀ ਬੰਦੇ ਨੂੰ? ਮੈਂ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ। ਮੇਰੇ ਕੋਲ ਆਪਣੀ ਇੱਕ ਵੀਡੀਓ ਬੜੇ ਲੋਕਾਂ ਨੇ ਦੇਖੀ ਅਤੇ ਬੜੇ ਲੋਕਾਂ ਨੇ ਐਪਰੀਸ਼ੀਏਟ ਕੀਤਾ, ਆਪਣੀ ਇੱਕ ਪਹਿਲਾਂ ਸਟਮਕ ਪ੍ਰੋਬਲਮ 'ਤੇ ਸੀਗੀ, ਅਤੇ ਮੈਂ ਮੰਨਦਾ ਕਿ ਉਹਨਾਂ ਤੋਂ ਕੁਛ ਕੁਐਸਚਨ ਇਹੋ ਜਿਹੇ ਆਉਂਦੇ ਸੀਗੇ, ਉਹਨਾਂ ਦਾ ਚਾਹੇ ਢਿੱਡ 'ਚ ਮਰੋੜ ਪੈਂਦੇ ਆ, ਚਾਹੇ ਢਿੱਡ 'ਚ ਫਾਰਾਪਨ ਹੈ, ਐਸਿਡਿਟੀ ਹੈ,
ਚਾਹੇ ਉਹਨਾਂ ਨੂੰ ਕਬਜ਼ੀ ਰਹਿੰਦੀ ਹੈ, ਚਾਹੇ ਫੈਟੀ ਲਿਵਰ ਹੈ, ਚਾਹੇ ਉਹਨਾਂ ਦੀ ਜਿਹੜਾ ਐਸਿਡ ਰਿਫਲਕਸ ਹੈ ਗੱਲ ਨੂੰ ਆਉਂਦਾ। ਕਈ ਲੋਕ ਕਹਿੰਦੇ ਆ ਕਿ ਸਾਨੂੰ ਕੁਛ ਵੀ ਖਾਈਏ ਤਾਂ ਸਾਨੂੰ ਧੁਨੀ ਦੇ ਵਿੱਚ ਦਰਦ ਮਿੱਠਾ ਮਿੱਠਾ ਰਹਿੰਦਾ। ਇਹ ਸਾਰੀਆਂ ਸਮੱਸਿਆਵਾਂ ਜਿਹਨੂੰ ਮਾਡਰਨ ਸਾਇੰਸ IBS, IBD, GERD, ਅਲਸਰੇਟਿਵ ਕੋਲਾਈਟਸ, ਇਹ ਕਰੋਨਸ ਡਿਜ਼ੀਜ਼, ਇਹਦਾ ਨਾਮ ਦਿੰਦੀ ਹੈ। ਇਹਦਾ ਹੱਲ ਆਯੁਰਵੇਦ ਬਿਲਕੁਲ ਪੋਸੀਬਲ ਹੈਗਾ ਔਰ ਬਹੁਤ ਸਿੰਪਲ ਹੈ। ਮੈਂ ਲਾਸਟ ਟਾਈਮ ਵੀ ਕਿਹਾ ਸੀ, ਮੈਂ ਹੁਣ ਵੀ ਕਹਿੰਦਾ, ਮੇਰੇ ਕੋਈ ਵੀ ਪੇਸ਼ੈਂਟ ਜਿਹੜਾ ਕਿ ਸਟਮਕ ਪ੍ਰੋਬਲਮ ਤੋਂ ਬਹੁਤ ਸਾਲਾਂ ਤੋਂ ਜੂਝ ਰਿਹਾ ਔਰ ਖਾਲੀ ਪੇਟ ਦੇ ਕੈਪਸੂਲ ਖਾ ਰਿਹਾ, ਕੋਈ ਵੀ ਤਰ੍ਹਾਂ ਦੀ ਮੈਡੀਸਨ ਖਾ ਰਿਹਾ ਔਰ ਉਹ ਮੈਡੀਸਨ 'ਤੇ ਡਿਪੈਂਡੈਂਟ ਹੋ ਗਿਆ, ਮੈਨੂੰ ਕੁਛ ਟਾਈਮ ਦੇ ਦਿਓ, ਮੈਂ ਉਨਾ ਕੁ ਟਾਈਮ ਲਊਂਗਾ ਜਿੰਨਾ ਤੁਸੀਂ ਸਿਰਫ ਉੱਥੇ ਇਨਵੈਸਟੀਗੇਸ਼ਨ ਲਾ ਲੈਂਦੇ ਹੋ। ਕਿਉਂਕਿ ਮੈਂ ਦੇਖਿਆ ਲੋਕ ਨਾ ਐਂਡੋਸਕੋਪੀ, ਕਲੋਨੋਸਕੋਪੀ, ਅਲਟਰਾਸਾਊਂਡ, CBC, LFT, KFT ਇੰਨੇ ਟੈਸਟ ਕਰਾ ਕੇ ਆ ਕੇ ਫਿਰ ਵੀ ਉਹਨਾਂ ਕੋਲ ਰਿਜ਼ਲਟ ਜ਼ੀਰੋ ਹੈ। ਤੁਹਾਡੀ ਦਵਾਈ ਕੀ ਕੰਮ ਕਰਦੀ ਜੀ ਢਿੱਡ 'ਚ ਅੰਦਰ? ਖਪਾਉਣਾ, ਸਿੰਪਲ, ਅੰਦਰ ਸਮਾਨ ਪਿਆ ਹੈ, ਜੋ ਤੁਹਾਡਾ ਇਨਜ਼ਾਈਮਸ ਹੈ ਜਿਹੜੇ ਖਾਣੇ ਨੂੰ ਪਚਾਉਣ 'ਚ ਹੈਲਪ ਕਰਦੇ ਹੈ, ਉਹਨੂੰ ਰੈਗੂਲੇਟ ਕਰਦੀ ਹੈ, ਉਹਨੂੰ ਬੂਸਟ ਕਰਦੀ ਹੈ, ਉਹਨੂੰ ਬੂਸਟ ਕਰ ਰੈਗੂਲੇਟ ਕਰਦੀ ਹੈ। ਅੱਛਾ, ਮੈਂ ਫਿਰ ਕਹਿ ਰਿਹਾ, ਚਲੋ ਮੇਰਾ ਤੁਸੀਂ ਆਪਾਂ ਮੇਰੇ ਜ਼ਰੀਏ ਤੁਸੀਂ ਬੋਲ ਰਹੇ ਹੋ, ਪਰ ਆਯੁਰਵੇਦ ਇਹ ਕਰਦਾ। ਤੁਸੀਂ ਸਮਝੋ ਇਸ ਗੱਲ ਨੂੰ, ਤੁਸੀਂ ਐਂਟਾਸਿਡ ਜਿਹੜੇ ਖਾਂਦੇ ਹੋ ਜਾਂ ਤੁਸੀਂ ਕੋਈ ਵੀ ਇਹੋ ਜਿਹੀ ਦਵਾਈਆਂ ਖਾਂਦੇ ਹੋ, ਸਾਨੂੰ ਐਸਿਡ ਵੀ ਲੋੜ ਹੈ ਖਾਣਾ ਪਚਾਉਣ ਲਈ। ਲੋਕੀ ਕਹਿੰਦੇ ਨਾ ਤੇਜ਼ਾਬ ਬਣਦਾ ਹੈ, ਉਹ ਤੇਜ਼ਾਬ ਨੂੰ ਰੋਕਣ ਲਈ ਸਾਨੂੰ ਜ਼ਿਆਦਾ ਤੇਜ਼ਾਬ ਬਣਦਾ ਤਾਂ ਆਪਾਂ ਐਂਟਾਸਿਡ ਖਾਂਦੇ ਹਾਂ, ਪਰ ਅਲਟੀਮੇਟਲੀ ਤੁਹਾਡੀ ਆਪਣੀ ਜਿਹੜੀ ਇਮਿਊਨਿਟੀ ਹੈ, ਜਿਹੜੀ ਤੁਹਾਡੀ ਪੇਟ ਦੀ ਝਿੱਲੀ ਹੈ ਜੋ ਤੇਜ਼ਾਬ ਇੱਕ ਪੈਦਾ ਕਰਦੀ ਹੈ ਖਾਣਾ ਪਚਾਉਣ ਲਈ, ਉਹ ਖਰਾਬ ਹੋ ਜਾਏਗੀ ਤੁਹਾਨੂੰ, ਕਿਉਂਕਿ ਤੁਸੀਂ ਆਊਟਸੋਰਸ ਕਰ ਰਹੇ ਹੋ, ਤੁਹਾਡੀ ਬੋਡੀ ਦੇ ਸੈਂਸਿਸ ਕਮਜ਼ੋਰ ਹੋ ਜਾਣਗੇ, ਤੁਹਾਨੂੰ ਆਪਣਾ ਤੇਜ਼ਾਬ ਬਣੇਗਾ ਹੀ ਨਹੀਂ। ਨਹੀਂ, ਤੁਹਾਡੇ ਕੋਲ ਪੇਸ਼ੈਂਟ ਆਇਆ, ਤੁਹਾਡੇ ਕੋਲ ਮਰੀਜ਼ ਆਇਆ, ਢਿੱਡ ਦੀ ਸਮੱਸਿਆ ਲੈ ਕੇ ਆਇਆ, ਮੰਨ ਕੇ ਚੱਲੋ ਕਿ ਵੀ ਉਹਨੂੰ ਕੌਨਸਟੀਪੇਸ਼ਨ ਦੀ ਬਿਮਾਰੀ ਹੈ ਜਾਂ ਫਿਰ ਉਹਦੇ ਢਿੱਡ ਦੇ ਵਿੱਚ ਜ਼ਖਮ ਹੋ ਗਿਆ, ਆਪਾਂ ਕੌਨਸਟੀਪੇਸ਼ਨ ਲੈ ਕੇ ਚੱਲਦੇ ਹਾਂ, ਕਬਾਈ ਲੈ ਕੇ ਚੱਲਦੇ ਹਾਂ, ਬਹੁਤ ਸਾਰੇ ਲੋਕਾਂ ਨੂੰ ਇਹ ਪਰੇਸ਼ਾਨੀ ਰਹਿੰਦੀ ਹੈ। ਤੁਸੀਂ ਜਿਹੜੀ ਚੀਜ਼ ਦਿੰਦੇ ਹੋ, ਜੋ ਟ੍ਰੀਟਮੈਂਟ ਤੁਸੀਂ ਦਿੰਦੇ ਹੋ, ਜੋ ਦਵਾਈ ਤੁਸੀਂ ਦਿੰਦੇ ਹੋ, ਉਹ ਅੰਦਰ ਜਾ ਕੇ ਕੰਮ ਕੀ ਕਰਦੀ ਹੈ ਜੀ? ਮੈਂ ਤੁਹਾਨੂੰ ਉਹੀ ਦੱਸ ਰਿਹਾ, ਮੈਂ ਪਹਿਲਾਂ ਕੰਮ ਕੀ ਕਰਦਾ, ਮੈਂ ਪਹਿਲਾਂ ਤਸੀਰ ਪਹਿਚਾਣਦਾ ਕਿ ਇਹ ਬੰਦਾ ਵਾਤਜ ਹੈ ਤਾਂ ਉਹਨੂੰ ਕਬਜ਼ੀ ਹੈ, ਜੇ ਪਿੱਤਜ ਹੈ ਤਾਂ ਜ਼ਖਮ ਹੈ ਅੰਦਰ ਅਤੇ ਫੈਟੀ ਲਿਵਰ ਹੈ, ਜੇ ਕਫਜ਼ ਹੈ ਤਾਂ ਉਹਨੂੰ ਪੈਂਕਰੇਟਸ ਇਨਫਲਮੇਸ਼ਨ ਹੋਏਗੀ ਪੇਟ 'ਚ, ਜਿਹਨੂੰ ਆਂਤਰ ਸ਼ੋਥ ਜਾਂ ਲਾਰਜ ਇੰਟਰਸਟਾਈਨ 'ਚ ਸਵੈਲਿੰਗ ਕਹਿ ਲਓ। ਇਹ ਪਹਿਚਾਣ ਕਰਕੇ ਫਿਰ ਮੈਂ ਜੋ ਦਵਾਈ ਦਿੰਦਾ ਉਹਦੇ ਅਕੋਰਡਿੰਗਲੀ ਦਿੰਦਾ ਜੋ ਉਹਨੂੰ ਈਜ਼ੀਲੀ ਡਾਇਜੈਸਟ ਹੋ ਜਾਵੇ। ਉਹਦਾ ਪ੍ਰੋਸੈਸ ਜਿਹੜਾ ਖਾਣੇ ਦਾ ਪਚਾਉਣ ਦਾ, ਉਹ ਕੁਇਕ ਹੋ ਜਾਵੇ, ਸਲੋ ਹੋ ਜਾਂਦਾ, ਜਿਹਨੂੰ ਆਪਾਂ ਮੈਟਾਬੋਲਿਜ਼ਮ ਸਲੋ ਕਹਿੰਦੇ ਹਾਂ। ਉਹੀ ਚੀਜ਼ ਹੈ, ਜਦ ਸਾਡਾ ਖਾਣਾ ਨਹੀਂ ਪਚਦਾ ਨਾ ਤਾਂ ਸਾਨੂੰ ਐਨਰਜੀ ਨਹੀਂ ਮਿਲਦੀ। ਤੁਸੀਂ ਦੇਖੋ, ਕਈ ਲੋਕ ਇਹ ਮੰਨਦੇ ਹੋਣਗੇ ਬਹੁਤ ਚੰਗਾ ਖਾਣਾ ਖਾਂਦੇ, ਮੇਰੇ ਕੋਲ ਰੋਜ਼ ਇੱਕ ਅੱਧਾ ਦੋ ਪੇਸ਼ੈਂਟ ਇਹੋ ਜਿਹੇ ਆਉਂਦੇ ਆ ਜੋ ਕਹਿੰਦੇ ਆ ਹੈਲਦੀ ਫੂਡ ਬਹੁਤ ਕੌਨਸ਼ੀਅਸ ਹੋ ਕੇ ਖਾਂਦੇ ਹਾਂ, ਪਰ ਡਾਕਟਰ ਸਾਹਿਬ ਸਾਡੀ ਪੇਟ ਸਹੀ ਨਹੀਂ ਰਹਿੰਦਾ, ਅਪਸੈਟ ਰਹਿੰਦਾ, ਕਿਉਂਕਿ ਕਦੇ ਲੂਜ਼ ਮੋਸ਼ਨ ਹੋ ਜਾਂਦੇ ਹੈ, ਕਦੇ ਤੁਹਾਨੂੰ ਪ੍ਰੋਪਰਲੀ ਕੌਨਸਟੀਪੇਸ਼ਨ ਹੋ ਜਾਂਦੀ ਹੈ, ਕਦੇ ਪੇਟ ਦਰਦ ਸ਼ੁਰੂ ਹੋ ਜਾਂਦਾ, ਕਿਉਂਕਿ ਤੁਸੀਂ ਜਿਹੜੀ ਇਨਫਲਮੇਸ਼ਨ ਹੈ ਢਿੱਡ 'ਚ ਉਹ ਠੀਕ ਨਹੀਂ ਕੀਤੀ। ਜਿਵੇਂ ਪਿਛਲੀ ਵਾਰੀ ਤੁਸੀਂ ਦੱਸਿਆ ਸੀਗਾ ਕਿ ਜੀਭ ਦੇ ਰੰਗਾਂ ਤੋਂ ਪਤਾ ਲੱਗ ਜਾਂਦਾ, ਪਤਾ ਲੱਗ ਜਾਂਦਾ ਕਿ ਬੰਦਾ ਬਿਮਾਰ ਹੈ ਜਾਂ ਬੰਦਾ ਬਿਮਾਰੀ ਵੱਲ ਵੱਧਦਾ ਪਿਆ। ਠੀਕ ਹੈ, ਮੈਂ ਅੱਜ ਵੀ ਕਹਿੰਦਾ ਉਹ ਗੱਲ, ਹਾਂ, ਬਟ ਮੈਂ ਅਸੀਂ ਤੁਸੀਂ ਇਹੀ ਸੋਸ਼ਲ ਮੀਡੀਆ 'ਤੇ ਦੇਖਦੇ ਹੈਗੇ ਹਾਂ ਕਿ ਅੱਜ ਕੱਲ੍ਹ ਪੂਪ ਕਿਸ ਤਰੀਕੇ ਦੀ ਆਉਂਦੀ ਬੰਦੇ ਨੂੰ, ਜਾਂ ਮਤਲਬ ਕਿ ਜੋ ਮਲ ਮੂਤਰ ਉਹ ਜੋ ਜਿਸ ਤਰੀਕੇ ਦਾ ਕਰਦਾ ਹੈ, ਐਕਸਕ੍ਰੀਟ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਨਾਲ ਵੀ ਬੰਦੇ ਦਾ ਪਤਾ ਲੱਗ ਜਾਂਦਾ ਕਿ ਹਾਂ ਇਹ ਗੱਲਾਂ ਅੱਜ ਦੀਆਂ ਨਹੀਂ ਜੀ। ਹੁਣ ਮੈਂ ਤੁਹਾਨੂੰ ਦੱਸਦਾ ਜੋ ਸਾਡੇ ਕੋਲ ਆਉਂਦਾ ਪੇਸ਼ੈਂਟ, ਦਰਸ਼ਨ ਪ੍ਰੀਖਿਆ ਮਤਲਬ ਦੇਖ ਕੇ ਤਸਵੀਰ ਕਿਹੜੀ ਹੈ, ਸਪਰਸ਼ਨ ਪ੍ਰੀਖਿਆ ਉਹਨੂੰ ਟੱਚ ਕਰਕੇ, ਨਾੜੀ ਪ੍ਰੀਖਿਆ ਉਹਦੀ ਨਬਜ਼ ਦੇਖ ਕੇ, ਫਿਰ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਜੀਵ ਪ੍ਰੀਖਿਆ, ਔਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮਲ ਜਾਂ ਯੂਰਿਨ, ਇਹ ਅੱਜ ਦਾ ਨਹੀਂ, ਬਹੁਤ ਦੇਰ ਦੀ ਐਵੀਡੈਂਸ ਹੈ ਕਿ ਤੁਸੀਂ ਕਦੇ ਵੀ ਦੇਖਦੇ ਹੋ ਤਾਂ ਜਿਵੇਂ ਬਹੁਤ ਲੋਕ ਕੰਪਲੇਂਟ ਕਰਦੇ ਕਿ ਸਾਨੂੰ ਸਵੇਰੇ ਜਿਹੜਾ ਮੋਸ਼ਨ ਆਉਂਦਾ ਸਕੈਟਰਡ ਹੁੰਦਾ, ਖਿਲ ਰਿਹਾ ਹੁੰਦਾ, ਜੋ ਅਸੀਂ ਖਾਇਆ ਰਾਤ ਨੂੰ ਉਹ ਵੀ ਨਿਕਲ ਜਾਂਦਾ। ਠੀਕ ਹੈ, ਔਰ ਇਹਨੂੰ IBS ਨਾਲ ਜੋੜਦੇ ਆ ਲੋਕ। ਠੀਕ ਹੈ, ਇੱਕ ਬੰਦਾ ਕਹਿੰਦਾ ਮੈਨੂੰ ਬਹੁਤ ਬਲੈਕ ਸਟੂਲ ਆਉਂਦਾ, ਕਾਲੇ ਰੰਗ ਦਾ, ਬਹੁਤ ਟਾਈਮ ਲੱਗਦਾ ਪਾਸ ਕਰਨ ਨੂੰ, ਉਹ ਕਬਜ਼ੀ ਹੈ। ਇੱਕ ਨਾ ਸ਼ਲੋਕ ਹੈ ਆਯੁਰਵੇਦ ਦੇ ਵਿੱਚ, ਬਸਤੀ ਪੁਰਸ਼ ਧਾਨਮ
ਕਟੀ ਸਕਿਥਨੀ ਪਾਦਸਥਾਨੀ ਚ ਵਾਦਸਥਾਨੀ। ਇਹਦੇ ਵਿੱਚ ਦੱਸਿਆ ਕਿ ਬਸਤੀ ਤੁਹਾਡੇ ਬਲੈਡਰ ਔਰ ਜੋ ਤੁਹਾਡੀ ਲਾਰਜ ਇੰਟੈਸਟਾਈਨ ਹੈ, ਇਹ ਵਾਯੂ ਦਾ ਸਥਾਨ ਹੈ। ਕਟੀ ਤੋਂ ਥੱਲੇ ਮਤਲਬ ਕਮਰ ਤੋਂ ਥੱਲੇ ਰੱਬ ਨੇ ਤੁਹਾਡਾ ਵਾਤ ਦਾ ਜਾਂ ਬੈ ਦਾ ਸਥਾਨ ਬਣਾਇਆ। ਆਮ ਤੌਰ 'ਤੇ ਲੋਕਾਂ ਨੂੰ ਜਿਹੜੀ ਪੇਟ ਦੀ ਪ੍ਰੋਬਲਮ ਸ਼ੁਰੂ ਹੁੰਦੀ ਹੈ ਤਾਂ ਹੀ ਕਹਿੰਦੇ ਨੇ ਕਬਜ਼ੀ ਨਾ ਹੋਣ ਦਿਓ। ਜਦ ਤੁਹਾਡੀ ਬੋਡੀ 'ਚ ਬੈ ਵਧਣੀ ਸ਼ੁਰੂ ਹੋ ਜਾਂਦੀ ਹੈ, ਤੁਹਾਨੂੰ ਪੇਟ ਦੀ ਬਿਮਾਰੀ ਸ਼ੁਰੂ ਹੋ ਜਾਂਦੀ, ਚਾਹੇ ਉਹ ਐਸੀਡਿਟੀ ਹੈ, ਚਾਹੇ ਤੁਹਾਨੂੰ ਗਰਡ ਹੋ ਗਿਆ, ਚਾਹੇ IBS ਹੋ ਗਿਆ, ਈਵਨ ਦੋ ਤੁਹਾਡਾ ਫੈਟੀ ਲਿਵਰ ਵੀ ਕੌਨਸਟੀਪੇਸ਼ਨ ਨਾਲ ਜੁੜਿਆ ਹੋਇਆ। ਅੱਛਾ, ਇਹ ਦੱਸਣਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਕੈਟਰਡ ਅਤੇ ਫਿਰ ਤੁਸੀਂ ਕਾਲੇ ਰੰਗ ਦਾ ਦੱਸਿਆ, ਇਹਦੇ ਨਾਲ ਕਿਵੇਂ ਅੰਦਾਜ਼ਾ ਲਾਇਆ ਜਾ ਸਕਦਾ ਮਲ ਮੂਤਰ ਦੇ ਨਾਲ ਕਿ ਬੰਦਾ ਜਿਹੜਾ ਹੈਗਾ ਉਹ ਕਿਸ ਦਿਸ਼ਾ ਵੱਲ ਜਾ ਰਿਹਾ? ਇੱਕ ਇਹ ਇਹ ਵੀ ਸਾਡੀ ਜੋ ਸਾਡੀ ਚਰਕ ਸੰਹਿਤਾ ਵਿੱਚ ਬੜਾ ਕਲੀਅਰ ਹੈ ਕਿ ਇੱਕ ਅੱਛੇ ਇਨਸਾਨ ਜਾਂ ਹੈਲਦੀ ਇਨਸਾਨ ਦਾ ਜੋ ਮਲ ਹੈ ਯੂਜਲੀ ਉਹ ਬਰਾਊਨ ਕਲਰ ਦਾ ਹੋਣਾ ਚਾਹੀਦਾ। ਠੀਕ ਹੈ, ਉਹਦੇ 'ਚ ਇਹ ਵੀ ਪੈਰਾਮੀਟਰ ਦੱਸੇ ਗਏ ਹੈ ਕਿ ਤੁਹਾਡੇ ਐਵਰੇਜ 7 ਦਿਨਾਂ ਦੇ ਵਿੱਚ ਅਗਰ 5 ਤੋਂ 6 ਦਿਨ ਤੁਹਾਨੂੰ ਪ੍ਰੋਪਰ ਸਟੂਲ ਆ ਰਿਹਾ ਔਰ ਇੱਕ ਅੱਧੇ ਦਿਨ ਤੁਹਾਨੂੰ ਇਹ ਪ੍ਰੋਬਲਮ ਆ ਰਹੀ ਹੈ, ਤੁਸੀਂ ਇਹ ਨਹੀਂ ਬਿਮਾਰ ਹੋਗੇ। ਜੇ ਤੁਹਾਨੂੰ ਰਿਵਰਸ ਕਰ ਲਓ, ਜੇ ਤੁਹਾਨੂੰ 4-5 ਦਿਨ ਸਕੈਟਰਡ ਆ ਰਿਹਾ, ਕਦੇ ਤੁਹਾਨੂੰ ਟਾਈਟ ਆ ਰਿਹਾ, ਕਦੇ ਤੁਹਾਨੂੰ ਪੇਟ ਦਰਦ ਹੋ ਕੇ ਆ ਰਿਹਾ, ਕਦੇ ਤੁਹਾਨੂੰ ਟਾਈਮ ਲੱਗ ਰਿਹਾ। ਤੁਹਾਨੂੰ ਲਾਸਟ ਵੀਡੀਓ ਇਹ ਵੀ ਦੱਸਿਆ ਸੀ, ਬਹੁਤ ਲੋਕ ਨਾ ਸਹਾਰਾ ਲੈਂਦੇ ਗਰਮ ਪਾਣੀ ਦਾ, ਚਾਹ ਦਾ, ਸਿਗਰਟ ਦਾ। ਬਹੁਤ ਲੋਕ ਸਵੇਰੇ ਸਵੇਰੇ ਉੱਠ ਕੇ ਬਹੁਤ ਟਾਈਮ, ਈਵਨ ਕਿ ਮੈਂ ਪੇਸ਼ੈਂਟ ਤੋਂ ਹਿਸਟਰੀ ਲੈਂਦਾ, ਕਈ ਲੋਕ ਅਖਬਾਰ ਪੜ੍ਹਦੇ ਅੰਦਰ ਬਹਿ ਕੇ, ਅੱਧਾ ਅੱਧਾ ਘੰਟਾ ਬੈਠੇ ਰਹਿੰਦੇ ਹੈ। ਇਹ ਕਲਚਰ ਡੇ ਬਾਏ ਡੇ ਵਿਗੜ ਰਿਹਾ ਬਿਕੋਜ਼ ਆਪਾਂ ਇਸ ਚੀਜ਼ ਨੂੰ ਸੀਰੀਅਸ ਲੈਂਦੇ ਨਹੀਂ। ਕੌਨਸਟੀਪੇਸ਼ਨ ਇੱਕ ਸਿਮਟਮ ਹੈ, ਤੁਹਾਨੂੰ ਇਹ ਇੰਡੀਕੇਟ ਕਰ ਰਿਹਾ ਕਿ ਤੁਹਾਡਾ ਬੋਡੀ ਦਾ ਟੌਕਸਿਕ ਲੈਵਲ ਵੱਧ ਰਿਹਾ ਔਰ ਟੌਕਸਿਕ ਸਹੀ ਤਰੀਕੇ ਨਾਲ ਰੈਗੂਲੇਟ ਹੋ ਕੇ ਬੋਡੀ 'ਚੋਂ ਵੈਕੂਏਟ ਨਹੀਂ ਹੋ ਰਹੇ। ਆਪਾਂ ਉਹਨੂੰ ਇਗਨੋਰ ਕਰਕੇ ਬੜੀ ਬਿਮਾਰੀਆਂ ਪੈਦਾ ਕਰਦੇ। ਅੱਛਾ, ਮੈਂ ਉਹੀ ਸਵਾਲ ਤੁਹਾਡੇ ਕੋਲ ਦੁਬਾਰਾ ਕਰਦਾ ਹਾਂ ਕਿ ਵੀ ਗਰਮੀਆਂ ਦਾ ਮੌਸਮ ਹੈਗਾ ਵਾ, ਹੁਣ ਗਰਮੀ ਵਧੇਗੀ, ਬੰਦਾ ਗਰਮੀ ਫੀਲ ਵੀ ਕਰੇਗਾ, ਆਪਣੇ ਆਪ ਨੂੰ ਠੰਡਾ ਰੱਖਣ ਦੇ ਲਈ ਕੀ ਕੁਛ ਇਹੋ ਜਿਹਾ, ਮਤਲਬ ਹੱਟ ਕੇ ਦੱਸਣਾ ਕੁਛ, ਜਿਵੇਂ ਲੋਕ ਲੱਸੀ ਤਾਂ ਪੀ ਲੈਂਦੇ ਆ, ਨਿੰਬੂ ਪਾਣੀ ਵੀ ਪੀ ਲੈਂਦੇ ਹੈਗੇ ਆ। ਦੇਖੋ, ਨਾਰੀਅਲ ਪਾਣੀ ਤੋਂ ਲੈ ਕੇ, ਗੁਲਾਬ ਦੀ ਸ਼ਰਬਤ ਤੋਂ ਲੈ ਕੇ, ਬਹੁਤ ਲੋਕਾਂ ਨੂੰ ਜਿਨ੍ਹਾਂ ਨੂੰ ਅਗਰ ਪਿੱਤ ਬੋਡੀ 'ਚ ਗਰਮਾਇਸ਼ ਜ਼ਿਆਦਾ ਰਹਿੰਦੀ ਹੈ, ਤੁਸੀਂ ਉਹ ਸਿੰਪਲ ਅਗਰ ਇਲਾਇਚੀ ਨੂੰ ਵੀ ਮੂੰਹ 'ਚ ਰੱਖਣਗੇ ਤਾਂ ਤੁਹਾਡੀ ਜਿਹੜੀ ਪਿੱਤ ਹੈ ਉਹ ਨੋਰਮਲ ਹੋ ਜਾਂਦੀ ਹੈ, ਔਰ ਇਲਾਇਚੀ ਛੋਟੀ ਇਲਾਇਚੀ ਜਿਹਨੂੰ ਆਪਾਂ ਹਰੀ ਇਲਾਇਚੀ ਕਹਿੰਦੇ ਹਾਂ। ਦੂਸਰਾ ਨਾ, ਤੁਹਾਨੂੰ ਜਿਹੜੀ ਗਰਮਾਇਸ਼ ਬੋਡੀ 'ਚ, ਅਕਸਰ ਤੁਸੀਂ ਕਿਹੜੀ ਗੱਲ ਕਰ ਰਹੇ ਹੋ ਕਿ ਗਰਮੀਆਂ 'ਚ ਆਪਾਂ ਕਿਹੜੀ ਹਾਈਡਰੇਸ਼ਨ ਵਾਲੀ ਜਿਵੇਂ ਤਰਾਂ ਹੈ, ਖੀਰਾ ਹੈ, ਤਰਬੂਜ ਹੈ, ਖਰਬੂਜਾ ਹੈ, ਇਹਦੇ ਵਿੱਚ ਤੁਹਾਨੂੰ ਬੋਡੀ ਹਾਈਡਰੇਟ ਰਹਿੰਦੀ ਹੈ। ਤੁਹਾਨੂੰ ਡੀਹਾਈਡਰੇਸ਼ਨ ਜਾਂ ਫੂਡ ਪੋਇਜ਼ਨਿੰਗ ਅਕਸਰ ਗਰਮੀਆਂ 'ਚ ਹੁੰਦੀ ਹੈ, ਕਿਉਂਕਿ ਬੋਡੀ ਆਪਾਂ ਹੈਵੀ ਫੂਡ ਜਦ ਵੀ ਖਾਂਦੇ ਹਾਂ, ਅਗਰ ਬੋਡੀ ਉਹਨੂੰ ਸਹੀ ਤਰੀਕੇ ਨਾਲ ਅਬਜ਼ੋਰਬ ਨਹੀਂ ਕਰ ਪਾਉਂਦੀ ਤਾਂ ਇਮੀਡੀਏਟਲੀ ਡਾਇਰੀਆ ਹੋ ਜਾਂਦਾ ਜਾਂ ਵੋਮਿਟਿੰਗ ਹੋ ਜਾਂਦੀ ਹੈ। ਈਵਨ ਦੋ ਅਸੀਂ ਸਪੈਸ਼ਲ ਗਰਮੀਆਂ ਵਾਸਤੇ ਸਾਡੇ ਇੱਕ ਕੰਪੋਜੀਸ਼ਨ ਹੈ ਸ਼ੀਤ ਧਾਰਾ, ਉਹ ਬਹੁਤ ਲੋਕਾਂ ਨੂੰ ਅਸੀਂ ਦਿੰਦੇ ਹਾਂ ਅਤੇ ਬੜੇ ਲੋਕ ਨਾ ਮਤਲਬ ਔਨਲਾਈਨ ਬਹੁਤ ਉਹਦੀ ਡਿਮਾਂਡ ਇਸ ਲਈ ਹੈ। ਉਹ 'ਚ ਕਪੂਰ ਹੈ, ਅਜਵਾਇਨ ਹੈ, ਅਰਕ ਹੈ, ਸ਼ੀਤ ਧਾਰਾ ਉਹਦਾ ਨਾਮ ਹੀ ਸ਼ੀਤ ਧਾਰਾ ਮੇਰੇ ਬਜ਼ੁਰਗਾਂ ਨੇ ਰੱਖਿਆ ਸੀਗਾ ਅਤੇ ਮੇਰੇ ਗ੍ਰੇਟ ਗ੍ਰੈਂਡ ਫਾਦਰ ਨੇ ਫਾਰਮੂਲਾ ਉਹ ਪਾਣੀ 'ਚ ਪਾ ਕੇ ਇੱਕ ਢੱਕਣ ਅਸੀਂ ਦਿੰਦੇ ਹਾਂ ਲੋਕਾਂ ਨੂੰ, ਅਤੇ ਮੈਨੂੰ ਲੱਗਦਾ ਜਿੰਨੇ ਕੁ ਪੇਟ ਦੀ ਕਾਫੀ ਬਿਮਾਰੀਆਂ ਇਕੱਲੀ ਕੁਛ ਸ਼ੀਤ ਧਾਰਾ ਹੀ ਠੀਕ ਕਰ ਸਕਦੀ ਹੈ। ਮਤਲਬ ਇੰਨਾ ਕੁਛ ਅਸਰ ਦੇਖਿਆ, ਔਰ ਮੈਂ ਦੇਖਿਆ ਲੋਕ ਅੱਗੇ ਤੋਂ ਅੱਗੇ ਵੀ ਉਹਨੂੰ ਰੈਫਰੈਂਸ ਕਰ, ਮਤਲਬ ਅੱਧੇ ਡਾਕਟਰ ਬਣ ਗਏ। ਠੀਕ ਹੈ, ਸੋ ਇਹ ਕੁਛ ਚੀਜ਼ਾਂ। ਬਾਕੀ ਮੈਂ ਤੁਹਾਨੂੰ ਫਿਰ ਕਹਿੰਦਾ, ਤੁਸੀਂ ਇੱਕੋ ਕੰਮ ਕਰ ਲਓ, ਕਿਸੇ ਵੀ ਅੱਛੇ ਵੈਦ ਕੋਲ ਜਾ ਕੇ ਆਪਣੀ ਤਸੀਰ ਸਮਝ ਕੇ ਆਓ, ਤੁਹਾਡਾ ਸਾਰੀ ਉਮਰ ਲਈ ਫਾਇਦਾ। ਤੁਹਾਨੂੰ ਸਾਰੀ ਉਮਰ ਲਈ ਇਹ ਪਤਾ ਲੱਗ ਗਿਆ ਕਿ ਮੈਨੂੰ ਆਹ ਬਿਮਾਰੀਆਂ ਹੋਣਗੀਆਂ, ਮੈਂ ਇਹਨਾਂ ਤੋਂ ਬਚਣਾ ਕਿਵੇਂ ਹੈ। ਇੱਕ ਐਜੂਕੇਸ਼ਨ ਮਿਲ ਜੂਗੀ ਆਪਣੇ ਕਾਇਆ ਪ੍ਰਤੀ, ਤੁਸੀਂ ਆਪਣੀ ਕਾਇਆ ਨੂੰ ਖੁਦ ਸਮਝ ਲਓਗੇ ਔਰ ਤੁਸੀਂ ਮੰਨਿਓ, ਤੁਹਾਡੀ ਲਾਈਫ ਸਟਾਈਲ, ਤੁਹਾਡੀ ਸੋਚ ਬਦਲ ਜਾਏਗੀ। ਬੜੇ ਆਹ ਬਿਮਾਰੀਆਂ CKD, ਅਲਸਰਕੁਲਾਈਟਸ, ਕਰੋਨ ਡਿਜ਼ੀਜ਼, ਇਹ ਇੰਨੀ ਬਿਮਾਰੀਆਂ ਆਪਾਂ ਜਿਹੜੀ ਲੋਕ ਕਹਿੰਦੇ ਕਿ ਲਾ ਇਲਾਜ ਹੈ, ਅਸੀਂ ਆਯੁਰਵੇਦ 'ਚ ਠੀਕ ਹੁੰਦੀਆਂ ਦੇਖੀਆਂ। ਔਰ ਸ਼ਾਇਦ ਤਾਂ ਹੀ ਉਸ ਕੌਨਫੀਡੈਂਸ ਨਾਲ ਤੁਹਾਨੂੰ ਕਹਿੰਦੇ ਹੁੰਦੇ ਹਾਂ ਕਿ ਅਸੀਂ ਜਦ ਸਾਡੇ ਕੋਲ ਪੇਸ਼ੈਂਟ ਆਉਂਦਾ ਹੈ ਉਹ ਠੀਕ ਹੋ ਕੇ ਜਾਂਦਾ। ਬਹੁਤ ਚੰਗਾ ਲੱਗਾ ਗੱਲ ਕਰਕੇ, ਔਰ ਬਹੁਤ ਸਾਰੀਆਂ ਗੱਲਾਂ ਤੁਸੀਂ ਇਹੋ ਜਿਹੀਆਂ ਦੱਸੀਆਂ ਹੈਗੀਆਂ ਨੇ ਕਿ ਜੋ ਲੋਕ ਇਹਨਾਂ ਚੀਜ਼ਾਂ ਨੂੰ ਜੇ ਅਪਲਾਈ ਕਰ ਲੈਣ ਆਪਣੀ ਜ਼ਿੰਦਗੀ ਦੇ ਵਿੱਚ, ਬਿਲਕੁਲ, ਤਾਂ ਫਿਰ ਉਹਨਾਂ ਨੂੰ ਧੱਕੇ ਨਹੀਂ ਖਾਣੇ ਪੈਣਗੇ ਡਾਕਟਰਾਂ ਦੇ, ਔਰ ਨਾ ਹੀ ਦਵਾਈਆਂ ਦਾ ਉਹਨਾਂ ਨੂੰ ਲਿਫਾਫਾ ਭਰ ਕੇ ਘਰ ਜਾਣਾ ਪਏਗਾ। ਬਿਲਕੁਲ, ਔਰ ਆਯੁਰਵੇਦ ਤੁਹਾਨੂੰ ਤੁਹਾਡੀ ਆਪਣੀ ਜ਼ਿੰਦਗੀ ਨੂੰ, ਤੁਹਾਡੇ ਆਪਣੇ ਜੀਵਨ ਨੂੰ
ਨੇਚਰ ਨਾਲ ਜੋੜ ਕੇ ਤੁਹਾਨੂੰ ਠੀਕ ਹੋਣ 'ਚ, ਤੁਹਾਨੂੰ ਹੀਲ ਹੋਣ 'ਚ ਹੈਲਪ ਕਰਦਾ। ਤੋ ਆਯੁਰਵੇਦ ਨੂੰ ਹਮੇਸ਼ਾ ਇੱਕ ਗੱਲ ਯਾਦ ਰੱਖਿਓ ਕਿ ਆਯੂ ਦਾ ਗਿਆਨ ਤਾਂ ਹੈ ਹੀ ਹੈ, ਪਰ ਕਈ ਲੋਕਾਂ ਨੂੰ ਇਹ ਲੱਗਦਾ ਹੈ ਕਿ ਆਯੁਰਵੇਦ ਸਿਰਫ ਬਿਮਾਰ ਹੋਈਏ ਤਾਂ ਹੀ ਅਸੀਂ ਕਿਸੇ ਡਾਕਟਰ ਕੋਲ ਜਾਂਦੇ ਹਾਂ। ਮੇਰੇ ਕੋਲ ਬਹੁਤ ਲੋਕ ਇਸ ਲਈ ਆਉਂਦੇ ਹੈ ਟੂ ਨੋ ਦੇਅਰ ਓਨ DNA, ਜਿਹਦੇ ਨਾਲ ਇਹ ਪਤਾ ਲੱਗ ਜਾਏ ਕਿ ਉਹ ਕਿਸ ਤਰ੍ਹਾਂ ਖਾਣ ਪੀਣ ਅਤੇ ਰਹਿਣ ਸਹਿਣ ਨਾਲ ਉਹ ਠੀਕ ਹੋ ਸਕਣ। ਬਹੁਤ ਬਹੁਤ ਸ਼ੁਕਰੀਆ ਕਰ, ਥੈਂਕ ਯੂ। ਹਜ਼ਰਾਤ, ਮੈਂ ਤੁਹਾਡਾ ਆਪਣਾ ਕਾਸਦ ਲੰਕੇਸ਼ ਤਰਖਾ। ਸਾਡੀ ਟੀਮ ਬਹੁਤ ਮਿਹਨਤ ਕਰਦੀ ਹੈ ਤੁਹਾਡੇ ਲਈ ਰਿਸਰਚ, ਫੈਕਟਸ ਅਤੇ ਡੀਪ ਐਨਾਲਿਸਿਸ ਬੇਸਡ ਵੀਡੀਓ ਕੰਟੈਂਟ ਤਿਆਰ ਕਰਨ ਦੇ ਲਈ। ਬੜੀ ਖੁਸ਼ੀ ਦੀ ਗੱਲ ਹੋਏਗੀ ਜੇ ਤੁਸੀਂ ਸਾਡੇ ਚੈਨਲ ਨੂੰ YouTube 'ਤੇ ਸਬਸਕ੍ਰਾਈਬ ਕਰੋ ਅਤੇ ਨਾਲ ਦੀ ਨਾਲ ਬੈੱਲ ਆਈਕਨ ਨੂੰ ਦਬਾ ਦਿਓ। ਅਤੇ ਜੇ ਇਹ ਵੀਡੀਓ ਤੁਸੀਂ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਜ਼ਰੂਰ ਸਾਡੇ ਪੇਜ ਨੂੰ ਲਾਈਕ ਕਰੋ ਅਤੇ ਫੋਲੋ ਕਰੋ। ਅਤੇ ਜੇ ਤੁਸੀਂ ਸਾਡੇ ਚੈਨਲ ਨੂੰ WhatsApp 'ਤੇ ਫੋਲੋ ਕਰਨਾ ਚਾਹੁੰਦੇ ਹੋ ਤਾਂ ਆਪਣਾ WhatsApp ਖੋਲੋ, ਉੱਥੇ ਅਪਡੇਟਸ 'ਚ ਜਾਓ, ਸਾਡੇ ਚੈਨਲ ਐਡਰੈਸ ਇਟਸ ਨੂੰ ਉੱਥੇ ਸਰਚ ਕਰੋ ਅਤੇ ਸਾਡੇ ਚੈਨਲ ਨੂੰ ਉੱਥੇ ਤੁਸੀਂ ਐਡ ਔਨ ਕਰ ਸਕਦੇ ਹੋ।